ਸਵੇਰ ਤੋਂ ਲਗਾਤਾਰ ਹਿਮਾਚਲ ਦੇ ਵਿੱਚ ਅਤੇ ਨਾਲੇ ਪੰਜਾਬ ਦੇ ਵਿੱਚ ਲਗਾਤਾਰ ਬਰਸਾਤ ਹੋ ਰਹੀ ਹੈ। ਉਸ ਬਰਸਾਤ ਦੇ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਸਾਰੀਆਂ ਨਦੀਆਂ ਨਾਲੇ ਜਿਹੜੇ ਹੈ ਪੂਰੇ ਉਫਾਨ ਦੇ ਉੱਪਰ ਚੱਲ ਰਹੇ ਨੇ, ਤਾਂ ਇਸ ਕਰਕੇ ਜੇ ਲੋਕਾਂ ਨੂੰ ਵੀ ਕਾਫੀ ਦਿੱਕਤ ਦਾ ਜਿਹੜਾ ਕਾਫੀ ਸਾਹਮਣਾ ਕਰਨਾ ਪੈ ਰਿਹਾ ਹੈ। ਲਗਾਤਾਰ ਜਿਹੜੀ ਹੈ ਹਿਮਾਚਲ ਦੇ ਵਿੱਚ ਅਤੇ ਨਾਲੇ ਪੰਜਾਬ ਦੇ ਵਿੱਚ ਸਵੇਰ ਤੋਂ ਜਿਹੜੀ ਬਰਸਾਤ ਹੋ ਰਹੀ ਹੈ ਉਸਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਲਗਾਤਾਰ ਜਿਹੜੀ ਬਰਸਾਤ ਹੋਈ ਹੈ ਉਸਨੇ ਲੋਕਾਂ ਦੇ ਘਰਾਂ ਦੇ ਵਿੱਚ ਵੀ ਕਾਫੀ ਜਿਹੜਾ ਨੁਕਸਾਨ ਪਹੁੰਚਾਇਆ। ਤੁਸੀਂ ਤਸਵੀਰਾਂ ਦੇਖ ਰਹੇ ਹੋ ਬਰਮਲਾ ਹਿਮਾਚਲ ਬੋਰਡਰ, ਪੰਜਾਬ ਹਿਮਾਚਲ ਬੋਰਡਰ ਬਰਮਲਾ ਖੱਡ ਦੀਆਂ ਦੇਖ ਰਹੇ ਹੋ ਤਸਵੀਰਾਂ, ਜਿੱਥੇ ਕਿ ਬਰਸਾਤੀ ਪਾਣੀ ਦੇਖਦੇ ਹੋ ਤਾਂ ਕਿੰਨਾ ਵੀ ਉਫਾਨ ਦੇ ਨਾਲ ਜਿਹੜਾ ਹੈ ਹਿਮਾਚਲ ਤੋਂ ਜਿਹੜੀ ਆ ਰਹੀ ਹੈ ਖੱਡ ਹੈ ਉਹ ਉਸਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਇਹ ਅੱਗੇ ਜਾ ਕੇ ਸਤਲੁਜ ਦਰਿਆ ਦੇ ਵਿੱਚ ਜਾਂਦੀ ਹੈ, ਤਾਂ ਜੇ ਇਸ ਬਰਸਾਤ ਦੇ ਕਰਕੇ ਜਿਹੜਾ ਹੈ ਲੋਕਾਂ ਦੀ ਜਿਹੜੀਆਂ ਉਪਜਾਊ ਜ਼ਮੀਨਾਂ ਨੂੰ ਵੀ ਕਾਫੀ ਜਿਹੜਾ ਨੁਕਸਾਨ ਪਹੁੰਚ ਰਿਹਾ ਹੈ, ਕਿਉਂਕਿ ਲਗਾਤਾਰ ਜਿਹੜੀ ਹੈ ਹਿਮਾਚਲ ਤੋਂ ਜਿਹੜੀ ਇਹ ਖੱਡ ਆਉਂਦੀ ਹੈ ਤਾਂ ਅੱਗੇ ਜਾ ਕੇ ਸਤਲੁਜ ਦਰਿਆ ਦੇ ਵਿੱਚ ਮਿਲ ਜਾਂਦੀ ਹੈ। ਖੱਡ ਤਾਂ ਜੀ ਇੰਨੀ ਜ਼ਿਆਦਾ ਆਉਂਦੀ ਹੈ, 10-12 ਕਿਲੋਮੀਟਰ ਤੋਂ ਖੱਡ ਆਉਂਦੀ ਹੈ, ਅਤੇ ਇਹਦੇ ਵਿੱਚ ਪਾਣੀ ਅੱਜ ਇੰਨਾ ਜ਼ਿਆਦਾ ਆਇਆ ਜਾਂ ਬਾਰਿਸ਼ ਜ਼ਿਆਦਾ ਹੋਣ ਨਾਲ ਪੁਲ ਦੇ ਨਾਲ ਵੱਜ ਵੱਜ ਕੇ ਗਿਆ ਔਰ ਸਾਰੇ ਖੇਤਾਂ 'ਚ ਵੀ ਪਾਣੀ ਭਰ ਗਿਆ, ਕਿਉਂਕਿ ਇੱਧਰ ਸਾਰੇ ਦੇਖੋ ਤੁਸੀਂ ਆਪਣਾ ਦੇਖ ਲਓ, ਅਤੇ ਬਾਕੀ ਲੋਕਾਂ ਦਾ ਨੁਕਸਾਨ ਕਾਫੀ ਹੋਇਆ ਜੀ। ਅੱਛਾ ਜੀ, ਇਹ ਜਿਹੜੇ ਬਰਸਾਤੀ ਪਾਣੀ ਖੱਡ ਜਿਹੜੀ ਆ ਰਹੀ ਹੈ ਇਹਦੇ ਨਾਲ ਕੋਈ ਨੁਕਸਾਨ ਵੀ ਹੈ ਕਿ ਉੱਪਰ ਜਿਹੜਾ ਜਿੱਦਾਂ ਇੰਡਸਟਰੀ ਹੈ? ਹਾਂਜੀ, ਪਾਣੀ ਤਾਂ ਆਉਣਾ ਹੀ ਆਉਣਾ ਹੈ। ਹਾਂ, ਇਹ ਅੱਗੇ ਕਿੱਥੇ ਜਾ ਕੇ ਮਿਲਦੀ ਹੈ ਜੀ ਖੱਡ? ਦਰਿਆ ਦੇ ਵਿੱਚ ਮਿਲ ਜਾਂਦੀ, ਸਤਲੁਜ 'ਚ। ਠੀਕ ਹੈ, ਨੁਕਸਾਨ ਬਹੁਤ ਜ਼ਿਆਦਾ ਕੀਤਾ ਜੀ, ਆਸੇ ਪਾਸੇ ਖੇਤਾਂ ਦਾ ਸਾਰੇ ਪਾਣੀ ਭਰ ਗਿਆ। ਠੀਕ ਹੈ, ਜਿਹੜੇ ਨਾਲ ਘਰ ਹੈ ਘਰਾਂ ਦਾ ਨੁਕਸਾਨ ਤਾਂ ਨਹੀਂ? ਘਰਾਂ ਦਾ ਨੁਕਸਾਨ ਹੈ ਜੀ, ਸਾਈਡ ਨੂੰ ਜੇਕਰ ਪਾਣੀ ਥੋੜ੍ਹਾ ਹੋਰ ਆਉਂਦਾ ਤਾਂ ਸਾਈਡਾਂ ਦੇ ਘਰਾਂ ਦਾ ਨੁਕਸਾਨ ਵੀ ਹੋਣਾ ਜੀ। ਅੱਛਾ ਅੱਛਾ, ਸਵੇਰ ਤੋਂ ਲਗਾਤਾਰ ਹਿਮਾਚਲ ਦੇ ਵਿੱਚ ਅਤੇ ਨਾਲੇ ਪੰਜਾਬ ਦੇ ਵਿੱਚ ਲਗਾਤਾਰ ਬਰਸਾਤ ਹੋ ਰਹੀ ਹੈ। ਉਸ ਬਰਸਾਤ ਦੇ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਸਾਰੀਆਂ ਨਦੀਆਂ ਨਾਲੇ ਜਿਹੜੇ ਹੈ ਪੂਰੇ ਉਫਾਨ ਦੇ ਉੱਪਰ ਚੱਲ ਰਹੇ ਨੇ, ਤਾਂ ਇਸ ਕਰਕੇ ਜੇ ਲੋਕਾਂ ਨੂੰ ਵੀ ਕਾਫੀ ਦਿੱਕਤ ਦਾ ਜਿਹੜਾ ਕਾਫੀ ਸਾਹਮਣਾ ਕਰਨਾ ਪੈ ਰਿਹਾ ਹੈ। ਲਗਾਤਾਰ ਜਿਹੜੀ ਹੈ ਹਿਮਾਚਲ ਦੇ ਵਿੱਚ ਅਤੇ ਨਾਲੇ ਪੰਜਾਬ ਦੇ ਵਿੱਚ ਸਵੇਰ ਤੋਂ ਜਿਹੜੀ ਬਰਸਾਤ ਹੋ ਰਹੀ ਹੈ ਉਸਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਲਗਾਤਾਰ ਜਿਹੜੀ ਬਰਸਾਤ ਹੋਈ ਹੈ ਉਸਨੇ ਲੋਕਾਂ ਦੇ ਘਰਾਂ ਦੇ ਵਿੱਚ ਵੀ ਕਾਫੀ ਜਿਹੜਾ ਨੁਕਸਾਨ ਪਹੁੰਚਾਇਆ। ਤੁਸੀਂ ਤਸਵੀਰਾਂ ਦੇਖ ਰਹੇ ਹੋ ਬਰਮਲਾ ਹਿਮਾਚਲ ਬੋਰਡਰ, ਪੰਜਾਬ ਹਿਮਾਚਲ ਬੋਰਡਰ ਬਰਮਲਾ ਖੱਡ ਦੀਆਂ ਦੇਖ ਰਹੇ ਹੋ ਤਸਵੀਰਾਂ, ਜਿੱਥੇ ਕਿ ਬਰਸਾਤੀ ਪਾਣੀ ਦੇਖਦੇ ਹੋ ਤਾਂ ਕਿੰਨਾ ਵੀ ਉਫਾਨ ਦੇ ਨਾਲ ਜਿਹੜਾ ਹੈ ਹਿਮਾਚਲ ਤੋਂ ਜਿਹੜੀ ਆ ਰਹੀ ਹੈ ਖੱਡ ਹੈ ਉਹ ਉਸਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਇਹ ਅੱਗੇ ਜਾ ਕੇ ਸਤਲੁਜ ਦਰਿਆ ਦੇ ਵਿੱਚ ਜਾਂਦੀ ਹੈ, ਤਾਂ ਜੇ ਇਸ ਬਰਸਾਤ ਦੇ ਕਰਕੇ ਜਿਹੜਾ ਹੈ ਲੋਕਾਂ ਦੀ ਜਿਹੜੀਆਂ ਉਪਜਾਊ ਜ਼ਮੀਨਾਂ ਨੂੰ ਵੀ ਕਾਫੀ ਜਿਹੜਾ ਨੁਕਸਾਨ ਪਹੁੰਚ ਰਿਹਾ ਹੈ, ਕਿਉਂਕਿ ਲਗਾਤਾਰ ਜਿਹੜੀ ਹੈ ਹਿਮਾਚਲ ਤੋਂ ਜਿਹੜੀ ਇਹ ਖੱਡ ਆਉਂਦੀ ਹੈ ਤਾਂ ਅੱਗੇ ਜਾ ਕੇ ਸਤਲੁਜ ਦਰਿਆ ਦੇ ਵਿੱਚ ਮਿਲ ਜਾਂਦੀ ਹੈ। ਖੱਡ ਤਾਂ ਜੀ ਇੰਨੀ ਜ਼ਿਆਦਾ ਆਉਂਦੀ ਹੈ, 10-12 ਕਿਲੋਮੀਟਰ ਤੋਂ ਖੱਡ ਆਉਂਦੀ, ਅਤੇ ਇਹਦੇ ਵਿੱਚ ਪਾਣੀ ਅੱਜ ਇੰਨਾ ਜ਼ਿਆਦਾ ਆਇਆ ਜਾਂ ਬਾਰਿਸ਼ ਜ਼ਿਆਦਾ ਹੋਣ ਨਾਲ ਪੁਲ ਦੇ ਨਾਲ ਵੱਜ ਵੱਜ ਕੇ ਗਿਆ ਔਰ ਸਾਰੇ ਖੇਤਾਂ 'ਚ ਵੀ ਪਾਣੀ ਭਰ ਗਿਆ, ਕਿਉਂਕਿ ਇੱਧਰ ਸਾਰੇ ਦੇਖੋ ਤੁਸੀਂ ਆਪਣਾ ਦੇਖ ਲਓ, ਅਤੇ ਬਾਕੀ ਲੋਕਾਂ ਦਾ ਨੁਕਸਾਨ ਕਾਫੀ ਹੋਇਆ ਜੀ। ਅੱਛਾ ਜੀ, ਇਹ ਜਿਹੜੇ ਬਰਸਾਤੀ ਪਾਣੀ ਖੱਡ ਜਿਹੜੀ ਆ ਰਹੀ ਹੈ ਇਹਦੇ ਨਾਲ ਕੋਈ ਨੁਕਸਾਨ ਵੀ ਹੈ ਕਿ ਉੱਪਰ ਜਿਹੜਾ ਜਿੱਦਾਂ ਇੰਡਸਟਰੀ ਹੈ? ਹਾਂਜੀ, ਪਾਣੀ ਤਾਂ ਆਉਣਾ ਹੀ ਆਉਣਾ ਹੈ। ਹਾਂ, ਇਹ ਅੱਗੇ ਕਿੱਥੇ ਜਾ ਕੇ ਮਿਲਦੀ ਹੈ ਜੀ ਖੱਡ? ਦਰਿਆ ਦੇ ਵਿੱਚ ਮਿਲ ਜਾਂਦੀ, ਸਤਲੁਜ 'ਚ। ਠੀਕ ਹੈ, ਨੁਕਸਾਨ ਬਹੁਤ ਜ਼ਿਆਦਾ ਕੀਤਾ ਜੀ, ਆਸੇ ਪਾਸੇ ਖੇਤਾਂ ਦਾ ਸਾਰੇ ਪਾਣੀ ਭਰ ਗਿਆ। ਠੀਕ ਹੈ, ਜਿਹੜੇ ਨਾਲ ਘਰ ਹੈ ਘਰਾਂ ਦਾ ਨੁਕਸਾਨ ਤਾਂ ਨਹੀਂ? ਘਰਾਂ ਦਾ ਨੁਕਸਾਨ ਹੈ ਜੀ, ਸਾਈਡ ਨੂੰ ਜੇਕਰ ਪਾਣੀ ਥੋੜ੍ਹਾ ਹੋਰ ਆਉਂਦਾ ਤਾਂ ਸਾਈਡਾਂ ਦੇ ਘਰਾਂ ਦਾ ਨੁਕਸਾਨ ਵੀ ਹੋਣਾ ਜੀ। ਅੱਛਾ ਅੱਛਾ।